500 ਬੰਦਾ ਖੜਾ ਇੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ, ਪਰ ਇਸ ਵਿਚਾਲੇ ਇੱਕ ਵੀਡੀਓ ਸਾਹਮਣੇ ਆਇਆ ਜਿੱਥੇ ਇੱਕ ਉਮੀਦਵਾਰ ਅਤੇ BDPO ਅਧਿਕਾਰੀ ਦੇ ਵਿਚਕਾਰ ਤਿੱਖੀ ਬਹਿਸ ਹੋਈ ਹੈ। ਨਾਮਜ਼ਦਗੀ ਮੌਕੇ ਇਹ ਜੰਮ ਕੇ ਹੰਗਾਮਾ ਹੋਇਆ, ਇੱਕ ਦੂਜੇ ਉੱਤੇ ਭੱਦੀ ਸ਼ਬਦਾਵਲੀ ਵੀ ਵਰਤੀ ਗਈ ਹੈ, ਇੱਕ ਦੂਜੇ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਹੰਗਾਮੇ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਉਮੀਦਵਾਰ ਜੋ ਨਾਮਜ਼ਦਗੀ ਪੱਤਰ ਭਰਨ ਆਇਆ ਸੀ ਸਰਪੰਚੀ ਲਈ, ਤੇ ਦੂਜੇ ਪਾਸੇ BDPO ਅਧਿਕਾਰੀ, ਦੋਵਾਂ ਦੇ ਵਿਚਕਾਰ ਤਿੱਖੀ ਬਹਿਸ ਹੁੰਦੀ ਹੈ, ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿੱਥੇ ਇੱਕ ਪਾਸੇ ਉਮੀਦਵਾਰ ਵੱਲੋਂ ਇਹ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ, ਤਾਂ ਦੂਜੇ ਪਾਸੇ BDPO ਅਧਿਕਾਰੀ ਵੱਲੋਂ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਪਯੋਗ ਕੀਤਾ ਜਾਂਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਟਿਆਲਾ ਦੇ ਭੁੰਨਰ ਹੇੜੀ ਤੋਂ ਇਹ ਵੀਡੀਓ ਸਾਹਮਣੇ ਆਈ ਹੈ। ਪਿੰਡ ਭੁੰਨਰ ਹੇੜੀ 'ਚ ਨਾਮਜ਼ਦਗੀ ਮੌਕੇ ਇਹ ਹੰਗਾਮਾ ਹੋਇਆ, ਤਿੱਖੀ ਬਹਿਸ ਹੋਈ ਹੈ। ਸਰਪੰਚੀ ਉਮੀਦਵਾਰ ਦੀ BDPO ਨਾਲ ਤਿੱਖੀ ਬਹਿਸ ਹੋਈ ਹੈ, ਗਾਲੀ ਗਲੋਚ ਤੱਕ ਇਹ ਮਾਮਲਾ ਪਹੁੰਚਿਆ। ਜਾਣਕਾਰੀ ਲਈ ਦੱਸ ਦਈਏ ਕਿ ਪਟਿਆਲਾ ਦੇ ਭੁੰਨਰ ਹੇੜੀ ਬਲਾਕ ਦੇ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਮੌਕੇ ਇੱਕ ਉਮੀਦਵਾਰ ਦੇ ਨਾਲ BDPO ਦੀ ਬਹਿਸ ਹੋਈ ਹੈ, ਜਿਸ ਦੇ ਬਾਅਦ BDPO ਉਸ ਵਿਅਕਤੀ ਦੇ ਨਾਲ ਗਾਲੀ ਗਲੋਚ ਤੇ ਉਤਰ ਆਇਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ, ਪਰ ਇਸ ਵਿਚਾਲੇ ਇੱਕ ਵੀਡੀਓ ਸਾਹਮਣੇ ਆਇਆ ਜਿੱਥੇ ਇੱਕ ਉਮੀਦਵਾਰ ਅਤੇ BDPO
ਅਧਿਕਾਰੀ ਦੇ ਵਿਚਕਾਰ ਤਿੱਖੀ ਬਹਿਸ ਹੋਈ ਹੈ। ਨਾਮਜ਼ਦਗੀ ਮੌਕੇ ਇਹ ਜੰਮ ਕੇ ਹੰਗਾਮਾ ਹੋਇਆ। ਇੱਕ ਦੂਜੇ ਉੱਤੇ ਭੱਦੀ ਸ਼ਬਦਾਵਲੀ ਵੀ ਵਰਤੀ ਗਈ ਹੈ, ਇੱਕ ਦੂਜੇ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਹੰਗਾਮੇ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਉਮੀਦਵਾਰ ਜੋ ਨਾਮਜ਼ਦਗੀ ਪੱਤਰ ਭਰਨ ਆਇਆ ਸੀ ਸਰਪੰਚੀ ਲਈ, ਤੇ ਦੂਜੇ ਪਾਸੇ BDPO ਅਧਿਕਾਰੀ, ਦੋਵਾਂ ਦੇ ਵਿਚਕਾਰ ਤਿੱਖੀ ਬਹਿਸ ਹੁੰਦੀ ਹੈ। ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿੱਥੇ ਇੱਕ ਪਾਸੇ ਉਮੀਦਵਾਰ ਵੱਲੋਂ ਇਹ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ, ਤਾਂ ਦੂਜੇ ਪਾਸੇ BDPO ਅਧਿਕਾਰੀ ਵੱਲੋਂ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ BDPO ਅਧਿਕਾਰੀ ਵੱਲੋਂ ਵੀ ਭੱਦੀ ਸ਼ਬਦਾਵਲੀ ਦਾ ਉਪਯੋਗ ਕੀਤਾ ਜਾਂਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਟਿਆਲਾ ਦੇ ਭੁੰਨਰ ਹੇੜੀ ਤੋਂ ਇਹ ਵੀਡੀਓ ਸਾਹਮਣੇ ਆਈ ਹੈ। ਪਿੰਡ ਭੁੰਨਰ ਹੇੜੀ 'ਚ ਨਾਮਜ਼ਦਗੀ ਮੌਕੇ ਇਹ ਹੰਗਾਮਾ ਹੋਇਆ, ਤਿੱਖੀ ਬਹਿਸ ਹੋਈ ਹੈ। ਸਰਪੰਚੀ ਉਮੀਦਵਾਰ ਦੀ BDPO ਨਾਲ ਤਿੱਖੀ ਬਹਿਸ ਹੋਈ ਹੈ, ਗਾਲੀ ਗਲੋਚ ਤੱਕ ਇਹ ਮਾਮਲਾ ਪਹੁੰਚਿਆ। ਜਾਣਕਾਰੀ ਲਈ ਦੱਸ ਦਈਏ ਕਿ ਪਟਿਆਲਾ ਦੇ ਭੁੰਨਰ ਹੇੜੀ ਬਲਾਕ ਦੇ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਮੌਕੇ ਇੱਕ ਉਮੀਦਵਾਰ ਦੇ ਨਾਲ BDPO ਦੀ ਬਹਿਸ ਹੋਈ ਹੈ, ਜਿਸ ਦੇ ਬਾਅਦ BDPO ਉਸ ਵਿਅਕਤੀ ਦੇ ਨਾਲ ਗਾਲੀ ਗਲੋਚ ਤੇ ਉਤਰ ਆਇਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ।